ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਹੈ? ਸਾਡੇ ਠੀਕ ਠਾਕ, ਤੁਹਾਨੂੰ ਸਾਡੇ ਚੈਨਲ ਤੋਂ ਖੁਸ਼ਾਮਦੀਦ ਹੈ। ਅਤੇ ਦੋਸਤੋ, ਸ਼ਟਰਿੰਗ ਖੋਲ੍ਹਣੀ ਲਿਆ ਇਹ ਤਾਂ ਖੋਲ੍ਹਣੇ ਪਏ, ਦੇਖੋ ਅਤੇ ਦੋਸਤੋ, ਸ਼ਟਰਿੰਗ ਤਾਂ ਅੱਜ ਖੁੱਲ੍ਹੀ ਗਿਆ ਸੀ, ਤਾਂ ਹੋ ਸਕਣਾ ਕੱਲ੍ਹ ਫਿਰ ਮਿਸਤਰੀ ਇੱਛਾ ਹੈ ਪਲਸਤਰ ਮਾਰਿਓ, ਤਾਂ ਫਿਰ ਪਲਸਤਰ ਸ਼ੁਰੂ ਹੋ ਗਿਆ ਸੀ, ਤਾਂ ਹੌਲੇ ਹੌਲੇ ਫਿਰ ਬੈਠਕ ਤਿਆਰ ਹੋ ਸੀ। ਤੁਸੀਂ ਦੱਸਾਂ ਤਾਂ ਇਹ ਹੈ ਕਿ ਹੁਣ ਖੁੱਲ੍ਹਣੀ ਹੈ ਵੀ ਸ਼ਟਰਿੰਗ, ਸੁਬਹਾ ਆ ਰਹੇ ਨੇ, ਤਾਂ ਬਾਕੀ ਜਿਹੜਾ ਬਹੁਤ ਸਾਰੀ ਖੁੱਲ੍ਹੀ ਕੀਤੀਆਂ ਨੇ। ਤਾਂ ਥੋੜ੍ਹੀ ਜਿਹੀ ਰਹਿਣੀ ਹੈ ਬਸ ਬਾਹਰੋਂ ਵੀ, ਅਤੇ ਥੋੜ੍ਹੀ ਜਿਹੀ ਅੰਦਰੋਂ, ਤਾਂ ਤੁਹਾਨੂੰ ਦੱਸਣੇ ਆ ਫਿਰ ਜਿਸ ਤਰ੍ਹਾਂ ਲਈ ਰਿਹਾ ਸੀ ਸ਼ਟਰਿੰਗ। ਤਾਂ ਦੋਸਤੋ, ਇਸ ਪਾਸੇ ਉਬਾਲੇ ਲਈ ਗਿਆ, ਤਾਂ ਹੁਣ ਇਸ ਪਾਸੇ ਲੈ ਸਨ। ਤਾਂ ਦੋਸਤੋ, ਸ਼ਟਰਿੰਗ ਖੋਲ੍ਹੀ ਗਏ ਸਨ, ਤਾਂ ਦੱਸਣੇ ਆ ਤੁਸਾਂ ਕਿ ਅੰਦਰੋਂ ਵੀ ਅਤੇ ਬਾਹਰੋਂ ਵੀ। ਹਾਂ, ਦੇਖੋ ਬਾਹਰੋਂ ਸਾਰਾ, ਠੀਕ ਹੈ, ਇਹ ਦੇਖੋ ਲੈਂਟਰ ਜਿਹਾ ਪਿਆ, ਬਾਕੀ ਇਹ ਅਤੇ ਦੋਸਤੋ ਜਿਹੜਾ ਵਾ, ਤੁਸੀਂ ਦਿਹਾੜੀ ਦੱਸਿਆ ਸੀ, ਅਤੇ ਕੱਲ੍ਹ ਹੋਈ ਸਕਣਾ ਮਿਸਤਰੀ ਵੀ ਅੱਛਾ, ਅਤੇ ਉਹ ਵੀ ਤੁਸੀਂ ਦੱਸਾਂ। ਅਤੇ ਬਾਕੀ ਜਿਹੜਾ ਵਾ, ਅੰਦਰੋਂ ਬਾਹਰੋਂ ਸ਼ਟਰਿੰਗ ਖੁੱਲ੍ਹੀ ਗਈ ਸੀ, ਉਹ ਵੀਡੀਓ ਤੁਸੀਂ ਸ਼ੇਅਰ ਕੀਤੀ ਹੈ, ਤਾਂ ਅਸਾਂ ਉੱਪਰ ਆਏ ਸਾਂ, ਅਸਾਂ ਆਖਿਆ ਤੁਸੀਂ ਕਿ ਅਪਰੂਵ ਦੱਸੀ ਹੋਣਾ, ਅਤੇ ਕਿੰਨੇ ਆ ਕਿ ਰਾਤੀ ਟਾਈਮ ਸਹੀ ਪਤਾ ਨਹੀਂ ਲੱਗਣਾ ਪਿਆ, ਅਤੇ ਕੱਲ੍ਹ ਹੀ ਫਿਰ ਦੱਸਣ ਸੀ। ਅਤੇ ਬਾਕੀ ਜਿਹੜਾ ਵਾ, ਮਿਸਤਰੀ ਆਉਣਾ ਸੀ ਕੱਲ੍ਹ ਅਸਾਂ, ਅਤੇ ਬਾਕੀ ਰੇਤ ਜਿਹੜੀ ਬਾਹਰ ਪਈ ਸੀ ਉਹ ਵੀ ਚਵਾਈ ਕੇ ਅੰਦਰ ਕਰੀ ਛੋੜ ਸਾਂ, ਇਸ ਪਾਸੇ ਸਾਈਡ 'ਤੇ ਕੱਟੀ ਕਰਾਈ ਛੋੜ ਸਾਂ, ਅਤੇ ਪਲਸਤਰ ਸ਼ੁਰੂ ਹੋ ਗਿਆ ਸੀ ਕੱਲ੍ਹ ਹੀ, ਅਤੇ ਫਿਰ ਤਾਰਾਂ ਸ਼ਾਰਾਂ ਵੀ ਲਾ ਸੀ, ਅਤੇ ਉਹ ਵੀ ਤੁਸੀਂ ਦੱਸਾਂ। ਬਾਕੀ ਜਿਹੜਾ ਵੈ, ਕੱਲ੍ਹ ਹੋਈ ਸਕਣਾ ਮਿਸਤਰੀ ਯਾਰ ਵੈ, ਤਾਂ ਤੁਸੀਂ ਦੱਸਾਂ ਅੰਦਰੋਂ ਬਾਹਰੋਂ ਵੀ, ਅਤੇ ਛੱਤਾਂ ਪਰੋਂ ਵੀ ਦੱਸਾਂ, ਕਿਉਂਕਿ ਹੁਣ ਤਾਂ ਰਾਤੀ ਟਾਈਮ ਹੈ। ਤੁਸੀਂ ਕੀ ਵੀਡੀਓ ਦਿਹਾੜੀ ਬਣਾਈ ਸਹੀ ਸੀ, ਵੀਡੀਓ ਛੱਤਾਂ ਨੂੰ ਨਹੀਂ ਸੀ ਬਣਾਈ, ਤੁਸੀਂ ਦੱਸਾਂ। ਅਤੇ ਦੋਸਤੋ, ਜਿਸ ਤਰ੍ਹਾਂ ਤੁਸੀਂ ਰਾਤੀ ਦੱਸਿਆ ਸੀ ਭਈ ਮਿਸਤਰੀ ਆ ਸੀ, ਤਾਂ ਮਿਸਤਰੀ ਕੋਈ ਨਹੀਂ ਆਇਆ, ਅਤੇ ਬਾਰਿਸ਼ ਹੋਈ ਗਈ ਸੀ ਬਹੁਤ, ਤੁਸੀਂ ਦੱਸਣੇ ਆ ਵਿਊ ਬਾਰੇ ਨਾ, ਬਾਰਿਸ਼ ਅੱਜ ਬਹੁਤ ਹੋਈ ਹੈ, ਅਤੇ ਦੇਖੋ ਸੂਰਜ ਕਿੱਡਾ ਖੂਬਸੂਰਤ ਵਿਊ ਹੈ, ਦੇਖੋ ਮਾਸ਼ਾਅੱਲਾ। ਅਤੇ ਵਿੱਚ ਬਾੜੀਆਂ ਬਣ ਗਈਆਂ, ਅਤੇ ਵਿੱਚ ਜਿਹੜਾ ਵੈ ਕੋਈ ਨਹੀਂ ਹਾਲੇ, ਇਸ ਪਾਸੇ ਵੀ ਤੁਸੀਂ ਕਈ ਦੱਸਣੇ ਆ। ਇਹ ਦੇਖੋ ਕਾਫੀ ਜਿਹੜੀਆਂ ਹਨ ਉਹ ਹਾਲੀਆਂ ਨਾਲੇ, ਅਤੇ ਕਾਫੀ ਜਿਹੜੀਆਂ ਬਾਈ ਸੁਣੀਆਂ ਲੋਕਾਂ,
ਤਾਂ ਦੋਸਤੋ ਤੁਸੀਂ ਜਿਸ ਤਰ੍ਹਾਂ ਦੱਸਿਆ ਸੀ ਵੀ ਮਿਸਤਰੀ ਆ ਸੀ ਅਤੇ ਮਿਸਤਰੀ ਨਹੀਂ ਅੱਛੀ ਸਕਿਆ, ਤਾਂ ਹੁਣ ਤੁਸੀਂ ਇਹ ਵੀ ਆਖਿਆ ਸੀ ਵੀ ਦੱਸਾਂ ਛੱਤ ਤਾਂ ਹੈ ਦੇਖੋ ਮਾਸ਼ਾ ਅੱਲਾ ਹੁਣ ਦਿਹਾੜੀਏ ਪਰ ਆਏ ਮੈਂ ਆਖਿਆ ਦੋਸਤੋ ਸਮਾਨ ਆਇਆ ਸੀ ਥੋੜ੍ਹਾ ਜਿਹਾ ਆ ਪੈਪ ਸ਼ੈਪ ਆਏ ਸਨ ਅਤੇ ਬਾਕੀ ਜਿਹੜਾ ਅੱਧਾ ਸਮਾਨ ਜਿਹੜਾ ਵਾ ਉਹ ਪਾ ਦੀ ਚਾ ਸੀ ਇਹ ਦੇਖੋ ਮਾਸ਼ਾ ਅੱਲਾ ਚੂਚੇ ਕਾਫੀ ਬੜੇ ਹੋਈ ਗਏ ਨੇ ਚੂਚੇ ਆ ਦੇਖੋ ਸੀਲ ਜਿਸੇ ਕੁੱਕੜੀ ਨੇ ਇਹ ਸਾਰਾ ਕੁੱਕੜ ਹੈ ਮਾਸ਼ਾ ਅੱਲਾ ਇਹ ਵੀ ਹੁਣ ਬਾਹਰ ਛਿੜਕਣਾ ਪਿਆ ਵੈ ਤੇ ਕਬੂਤਰਾਂ ਨੇ ਵੀ ਤੁਸੀਂ ਚਾਹੀਦੇ ਹੋਣੇ ਅਪਡੇਟ ਕਬੂਤਰਾਂ ਨੂੰ ਕਿਆ ਹਾਲ ਚਾਲ ਹੈ ਦੱਸੀ ਹੋਣੀ ਹੈ ਤੁਸੀਂ ਅਤੇ ਕਬੂਤਰ ਜਿਹੜੇ ਮਾਸ਼ਾ ਅੱਲਾ ਇਹ ਵੀ ਠੀਕ ਹੈ ਇਹ ਬੱਚਾ ਦੇਖੋ ਮਾਸ਼ਾ ਅੱਲਾ ਉਹ ਵਾਲਾ ਹੁਣ ਬੜਾ ਆਇਆ ਇਹ ਵੀ ਮਾਸ਼ਾ ਅੱਲਾ ਹੋਈ ਸਕਣਾ ਮਹੀਨੇ ਮਹੀਨੇ ਤੱਕ ਉੱਡ ਹੀ ਗਿਆ ਉੱਡ ਹੀ ਸਕਾ ਹਾਲੇ ਤਾਂ ਕੋਈ ਨਹੀਂ ਉੱਡ ਹੀ ਸਕਣਾ ਤੱਕ ਬਾਕੀ ਜਿਹੜੇ ਕਬੂਤਰ ਆ ਹੁਣ ਸਾਰੇ ਤਾਂ ਇੱਕ ਜਿਹੜਾ ਕਬੂਤਰ ਸਾੜਾ ਵੈ ਉਸ ਕੀ ਕੱਲ੍ਹ ਵੀ ਮੈਂ ਤੱਕਿਆ ਉਹ ਇਹਨਾਂ ਦਿਨਾਂ 'ਚ ਕਾਫੀ ਟਾਈਮ ਉੱਡਣਾ ਰਹਿਣਾ ਵੈ ਅਤੇ ਆਸਾਨਾ ਚਾਣੇ ਪਈ ਉੱਡ ਰਿਹਾ ਲੇਕਿਨ ਉਹ ਕਾਫੀ ਟਾਈਮ ਤੱਕ ਉੱਡਣਾ ਰਹਿਣਾ ਸੁਬਹਾ ਹੋਈ ਸਕਣਾ 3 ਵਜੇ ਦਿਹਾੜੀ ਉੱਡ ਰਿਹਾ ਤਾਂ ਇਸ ਟਾਈਮ 'ਚ ਕਿਲਾ ਵੈ ਅਤੇ ਹੁਣ ਟਾਈਮ ਆਉਣਾ ਪਿਆ 5:00 ਤਾਂ 2 ਘੰਟੇ ਉੱਡਣਾ ਰਹਿਣਾ ਕਬੂਤਰ ਮੈਂ ਤੁਸੀਂ ਦੱਸਣਾ ਵਾ ਅਤੇ ਫਿਰ ਉਸਨੇ ਕਿਉਂ ਆਸਾਨ ਹੈ ਨਾ ਉੱਡ ਨਹੀਂ ਸਕਿਆ ਉਹ ਲੇਕਿਨ ਉਹ ਉੱਡਣਾ ਫਿਰ ਵੀ ਤੁਸੀਂ ਕੱਢੀ ਕੇ ਦੱਸਣੇ ਆ ਅਤੇ ਦੋਸਤੋ ਇਹ ਵਾਲਾ ਉਹ ਵਾਲਾ ਕਬੂਤਰ ਹੈ ਇਹ ਦੇਖੋ ਕੜੀ ਛੜੀ ਪਈ ਹੈ ਇਸਨੇ ਪੈਰਾਂ 'ਚ ਅਤੇ ਰੰਗ ਵੀ ਲਵਾ ਇਸ ਵੀ ਪਿੱਛਾ ਬੱਚੇ ਕੱਢੇ ਸਨ ਤਾਂ ਇਸ ਨਾਲ ਬੱਚਾ ਹੀ ਆ ਉਹ ਜਿਹੜਾ ਬਾਹਰ ਸੀ ਤੁਸੀਂ ਦੱਸਿਆ ਸੀ ਤਾਂ ਉਹ ਹਾਲੇ ਉੱਡਣਾ ਕੋਈ ਨਹੀਂ ਹੈ ਮਹੀਨਾ ਇੱਕ ਹੋਰ ਲੱਗ ਸੀ ਤਾਂ ਉਹੀ ਸਕਣਾ ਉੱਡ ਰਿਹਾ ਥੋੜ੍ਹਾ ਥੋੜ੍ਹਾ ਬਾਕੀ ਜਿਹੜਾ ਵੈ ਬਾਕੀ ਕਬੂਤਰ ਜਿਹੜੇ ਨੇ ਉਹਨਾਂ ਹਾਲੇ ਅੰਡੇ ਬੱਚੇ ਕੋਈ ਨਹੀਂ ਕੀਤੇ ਤੁਸੀਂ ਦੱਸਿਆ ਸੀ ਇੱਕ ਜਿਹੜਾ ਪਹਿਲਾ ਕਬੂਤਰ ਸੀ ਜਿਹੜਾ ਸਾਡੇ ਹੱਥ 'ਤੇ ਲਿਆ ਸੀ ਤਾਂ ਠੀਕ ਇਹ ਹੈ ਅਤੇ ਇੱਕ ਜਿਹੜਾ ਘਰ ਰਹਿਣਾ ਸੀ ਉਸ ਉਹ ਵੀ ਤੁਸੀਂ ਦੱਸਣੇ ਉਹ ਕਾਫੀ ਬੜੀ ਹੋਈ ਹੈ ਕਬੂਤਰੀ ਹੈ ਉਹ ਤਾਂ ਉਸ ਵੀ ਹੁਣ ਮਾੜੇ ਖਿਆਲ ਨਾਲ ਅੰਡੇ ਦੇ ਸੀ ਉਹ ਕੋਈ ਹਫ਼ਤੇ ਤੱਕ ਅਤੇ ਦੋਸਤੋ ਇਹ ਉਹ ਕਬੂਤਰੀ ਹੈ ਇਹ ਸਾਡੇ ਘਰਾਂ ਦੀ ਕਬੂਤਰੀ ਹੈ ਮਾਸ਼ਾ ਅੱਲਾ ਇਹ ਵੀ ਉੱਡਣੀ ਹੈ ਪਰ ਇਤਨਾ ਟਾਈਮ ਨਹੀਂ ਉੱਡਣੀ ਦੱਸਦਾ ਉਹ ਕਬੂਤਰ ਬਹੁਤ ਟਾਈਮ ਉੱਡਣਾ ਵੈ ਅਤੇ ਇਹ ਮਾੜੇ ਖਿਆਲ ਨਾਲ ਅੰਡੇ ਵੀ ਦੇ ਸੀ ਦੇਖੋ ਅਤੇ ਬਾਕੀ ਜਿਹੜਾ ਵੈ ਕਬੂਤਰਾਂ ਕਿ ਅਸਾਂ ਵੈਕਸੀਨ ਸ਼ੀਨ ਕਰਨੇ ਰਹਿਣੇ ਆ ਅਤੇ ਚੂਚੀਆਂ ਕੀ ਵੀ ਅਤੇ ਬਾਲਾ ਕੁੱਕੜ ਵੀ ਤੁਸੀਂ ਦੱਸਣੀ ਆ ਕਿਉਂਕਿ ਬਹੁਤ ਸਾਰੇ ਦਿਹਾੜੇ ਹੋਏ ਤੁਸੀਂ ਦੱਸਿਆ ਕੋਈ ਨਹੀਂ ਕੁੱਕੜ ਕਬੂਤਰ ਸ਼ੂਤਰ ਤਾਂ ਅਸਾਂ ਆਖਿਆ ਅੱਜ ਦੱਸੀ ਉੜੀ ਹੈ ਇਹ ਦੇਖੋ ਬੜਾ ਕੁੱਕੜ ਬਾਹਰ ਗਿਆ
ਕਿਉਂਕਿ ਹਾਲੇ ਬਾੜੀਆਂ ਵਿੱਚ ਕਣਕ ਕੋ ਨਹੀਂ ਹੈ, ਜਿਸ ਵਜ੍ਹਾ ਗਿੱਦੜਾਂ ਨੂੰ ਕੋਈ ਨੀਤਣਾ ਰੋਲਾ ਆਉਣਾ। ਅਤੇ ਸ਼ਾਮੀ ਨੇ ਕਿੰਦਰ ਕਰੀ ਛੋੜਨੇ ਆ ਸਾਂ, ਥੋੜ੍ਹੀ ਦੇਰ ਹੁਣ ਫਿਰਨੇ ਆਇਆ ਸਾਂ, ਫਿਰ ਅੰਦਰ ਕਰੀ ਛੋੜ ਸਾਂ, ਕਿਉਂਕਿ ਅੰਦਰ ਜਿਹੜਾ ਵੈ ਫਿਰਨੇ ਜੋ ਇਤਨੀ ਕੋਈ ਨਹੀਂ ਹੈ ਨੇ। ਇਹ ਤਾਂ ਖੁਬ ਪੈਪ ਸ਼ੈਪ ਆ ਰਹੇ ਸਨ, ਤੁਸੀਂ ਕਲੋਜ਼ ਕਰੀ ਦੱਸੀ ਹੋਣੇ ਆ, ਇਹ ਦਿਹਾੜੀ ਪੈਪ ਆ ਰਹੇ ਸਨ। ਅਤੇ ਬਾਕੀ ਜਿਹੜਾ ਥੋੜ੍ਹਾ ਬਹੁਤਾ ਸਮਾਨ ਰਹਿਣਾ ਵੈ ਉਹ ਵੀ ਆ ਰਿਹਾ ਸੀ, ਅਤੇ ਅੰਦਰ ਕੰਮ ਫਿਰ ਸ਼ੁਰੂ ਹੋਈ ਗਿਆ ਸੀ ਆਸਤਾ ਆਸਤਾ। ਅਤੇ ਅੱਜ ਜਿਹੜਾ ਵਿਆ ਇੱਥੇ ਕੁਝ ਵੀ ਨਹੀਂ ਹੋਇਆ, ਸਿਰਫ ਸਮਾਨ ਹੀ ਆਇਆ ਵੇ ਥੋੜ੍ਹਾ ਬਹੁਤਾ, ਅਤੇ ਬਾਰਿਸ਼ ਬਹੁਤ ਹੋਈ ਹੈ ਸੁਬਹਾ ਨਹੀਂ, ਬਾਰਿਸ਼ ਲੱਗੀ ਸੀ ਹੁਣ ਥੋੜ੍ਹੀ ਦੇਰ ਪਹਿਲਾਂ ਹੀ ਰੁਕੀ ਹੈ, ਵਲੋਗ ਵਨ ਵੀ ਨਹੀਂ ਬਣੀ ਸਕਿਆ, ਥੋੜ੍ਹੀ ਦੇਰ ਪਹਿਲਾਂ ਰੁਕੀ ਹੈ ਬਾਰਿਸ਼। ਅਸਾਂ ਕਿਹਾ ਹੁਣ ਪਰ ਠੀਕ ਹੈ ਸ਼ੁਰੂ ਕਰੀਏ ਵਲੋਗ, ਦੱਸੀ ਹੋੜੀ ਹੈ ਵੀ ਮਿਸਤਰੀ ਸ਼ਿਸਤਰੀ ਨਹੀਂ ਆਇਆ ਕੱਲ੍ਹ ਅਸੀਂ, ਬਾਕੀ ਜਿਹੜਾ ਵੈ ਵਲੋਗ ਅਸਾਂ ਹੁਣ ਐਡਿਟ ਕਰੀ ਕਿਤੇ ਚਾੜੀ ਛੋੜ ਸਾਂ, ਕਬੂਤਰ ਕੁੱਕੜਾਂ ਕਿ ਦਾਣੇ ਪਾਣੀ ਪਾਇਆ ਵੈ, ਹੁਣ ਥੋੜ੍ਹੀ ਦੇਰ ਉੱਪਰ ਬਹਿਣੇ ਆ ਅਤੇ ਤੁਸਾਂ ਕਿ ਵਿਊ ਦੱਸਣੇ ਆ ਇੱਥੇ ਨਾ। ਇਹ ਸਾਰੇ ਕਬੂਤਰ ਬੈਠੇ ਇੱਥੇ, ਸਾਰੇ ਕਬੂਤਰ ਉੱਡ ਰਹੀ ਗਏ ਦੋਸਤੋ। ਬਾਕੀ ਜਿਹੜਾ ਵੈ ਤੁਸੀਂ ਸਾਡੀ ਚੈਨਲ ਕਿ ਸਬਸਕ੍ਰਾਈਬ ਨਾ ਕਰਨੇ, ਵਿਊ ਦੱਸਣੇ ਹਨ ਲੇਕਿਨ ਸਬਸਕ੍ਰਾਈਬਰ ਕੋਈ ਨਹੀਂ ਇਤਨੇ, ਅਤੇ ਲਾਈਕ ਵੀ ਕੋਈ ਨਹੀਂ, ਅਤੇ ਸਾਰੇ ਜਿਤਨੇ ਵੀ ਤੱਕਣੇ ਸਾਡੀ ਸਬਸਕ੍ਰਾਈਬ ਕਰੀ ਕਿ ਨਾ ਚੈਨਲ ਕੀ। ਅਤੇ ਬਾਕੀ ਜਿਹੜਾ ਵੈ ਤੁਸੀਂ ਵੀਡੀਓਜ਼ ਜਿਹੜੀਆਂ ਨੂੰ ਚੰਗੀਆਂ ਚੰਗੀਆਂ ਮਿਲਿਆ ਕਰ ਸਨ ਅੱਗੇ, ਹੋਰ ਹਾਲੇ ਤਾਂ ਅਸਾਂ ਸ਼ੁਰੂ ਕੀਤਾ ਵੈ ਵਲੋਗਿੰਗ। ਅਤੇ ਬਾਕੀ ਜਿਹੜਾ ਵੈ ਗਰਾਂ ਵਿਊ ਸ਼ੂ ਤੁਸੀਂ ਦੱਸਿਆ ਵੈ, ਅਤੇ ਕੱਲ੍ਹ ਜਿਹੜਾ ਵੈ ਤੁਸੀਂ ਕੀ ਦੱਸਾਂ, ਬਾਕੀ ਜਿਹੜਾ ਮਿਸਤਰੀ ਹਿਸਤਰੀ ਆ ਸੀ ਅਤੇ ਹੋਰ ਕੰਮ, ਕਿਉਂਕਿ ਕੱਲ੍ਹ ਜਿਹੜਾ ਪਲਸਤਰ ਤਾਂ ਸ਼ੁਰੂ ਹੋ ਗਿਆ ਸੀ, ਅਤੇ ਨਾਲ ਹੀ ਫਿਰ ਅੰਦਰ ਜਿਹੜਾ ਹੋਰ ਪੈਪ ਸ਼ੈਪਾਂ ਨੂੰ ਕੰਮ ਸੀ ਉਹ ਵੀ ਕਰ ਸਨ, ਉਹ ਵੀ ਤੁਸੀਂ ਦੱਸਾਂ। ਅਤੇ ਬਾਕੀ ਜਿਹੜਾ ਵੈ ਉਮੀਦ ਹੈ ਤੁਸੀਂ ਸਾਡਾ ਵਲੋਗ ਪਸੰਦ ਆਇਆ, ਤੁਸੀਂ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਬੈਲ ਆਈਕਨ ਨੇ ਬਟਨ ਕੀ ਦਬਾਈ ਕਿ ਨੂੰ। ਅੱਲਾ ਹਾਫਿਜ਼।